लिबरल टीवी लोकां दी आवाज लोकां लई। तुसी देख रहे हो लिबरल टीवी पंजाबी लोकां दी आवाज लोकां लई ते मैं हां तुहाडे नाल मनप्रीत कौर समरा। सो खबर लैके रूबरू होया कि शिवसेना प्रधान निशांत शर्मा दे समेत 36 लोकां ते देश द्रोह दा मामला दर्ज किया गया। दस दईए कि जनतक धार्मिक भावनावां जिहड़ियां भड़काउण अते माहौल खराब करन दे दोष तहत आईपीसी दीआं धाराव तहत यह मामला दर्ज किया गया। मोहाली पुलिस ने देर शाम निशांत नूं जिहड़ा कि काबू किया गया। भी दस दईए कि धाराव जिहड़ियां ने 295, 198, 153, 505, 149, 124, 120 तहत मामले जिहड़े दर्ज किए गए ने। इस ते तुहानूं दस दईए कि देश द्रोह दे मामले च निशांत शर्मा दे समेत 36 लोकां ते मामला दर्ज किया गया। इन्हां दे वल्लों एक वीडियो जिहड़ी ਉਹ ਜਾਰੀ ਕੀਤੀ ਗਈ ਸੀ, ਉਹ ਵੀਡੀਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ, ਜਿਸ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਰੇ ਫਿਰਕੂ ਕਿਸਮ ਦੀ ਟਿੱਪਣੀ ਕਰਦੇ ਹੋਏ ਸੁਣੇ ਗਏ ਸਨ। ਤੁਸੀਂ ਵੀ ਦੇਖੋ ਇਹ ਵੀਡੀਓ। ਜਿੱਥੇ ਵੀ ਦੇਖੀਏ ਅਸੀਂ ਨਿਹੰਗੀ ਬਾਣੇ ਦੇ ਵਿੱਚ ਕੁਛ ਇੱਕ ਲੋਕ ਨਕਲੀ ਜਿਹੜੇ ਨਿਹੰਗ ਬਣੇ ਹੋਏ ਆ ਉਹ ਬਾਰਦਾਤਾ ਕਰ ਰਹੇ ਆ, ਵੱਡੀਆਂ ਵੱਡੀਆਂ ਤਲਵਾਰਾਂ ਲੈ ਕੇ, ਬਰਛੇ ਲੈ ਕੇ, ਹੋਰ ਕਿਹੜੇ ਥਾਂ ਲੈ ਕੇ ਜਿੱਥੇ ਦਿਲ ਕਰਦਾ ਉੱਥੇ ਖੇਲਣ ਲੱਗ ਜਾਂਦੇ ਆ, ਜਿੱਥੇ ਦਿਲ ਕਰਦਾ ਤਲਵਾਰ ਚਲਾਉਣ ਲੱਗ ਜਾਂਦੇ ਆ। ਇਹਨਾਂ ਦੇ ਪਾਬੰਦੀ ਲੱਗਣੀ ਚਾਹੀਦੀ ਆ। ਜਿਹੜਾ ਇਹਨਾਂ ਦਾ 6 ਇੰਚ ਦਾ ਸਰਕਾਰ ਨੇ ਜਾਂ ਸਾਡੇ ਸੰਵਿਧਾਨ ਨੇ ਇੱਕ ਪਰਮਿਸ਼ਨ ਦਿੱਤੀ ਹੋਈ ਆ ਜਿਹਨੂੰ ਸੰਸਦ 'ਚ ਲਿਆ ਸਕਦੇ ਆ, ਧਾਰਮਿਕ ਮੰਦਿਰ ਗੁਰਦੁਆਰੇ 'ਚ ਲਿਆ ਸਕਦੇ ਆ, ਉੱਥੇ ਜਾ ਸਕਦੇ ਆ, ਉਹੀ ਅੱਜ ਇਹਨਾਂ ਨੂੰ ਆਗਿਆ ਦਿੱਤੀ ਜਾਏ। ਬਾਕੀ ਸਾਰੇ ਤੇ ਕੋਈ ਸਰਕਾਰ ਕਾਨੂੰਨ ਬਣਾਏ ਤੇ ਪਾਬੰਦੀ ਲੱਗੇ। ਸੋ ਵੀਡੀਓ ਤੁਸੀਂ ਦੇਖੀਏ ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ FIR ਵੀ ਦਿਖਾਉਂਦੇ ਆ, ਜਿਸ ਦੇ ਵਿੱਚ ਲਿਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਫਿਰਕੂ ਭਾਵਨਾਵਾਂ ਦੇ ਨਾਲ ਭੜਕਾਉਣ ਭਾਸ਼ਣ ਅਤੇ ਇਸ ਦੇ ਨਾਲ ਹੀ ਵਿਸ਼ੇਸ਼ ਵਰਗ ਨੂੰ ਬਦਨਾਮ ਕਰਦੇ ਹੋਏ ਫਿਰਕੂ ਦੰਗਿਆਂ ਨੂੰ ਸ਼ਹਿ ਦੇਣ ਦੀ ਨੀਅਤ ਦੇ ਨਾਲ ਦੇਸ਼ ਦੀ ਅਖੰਡਤਾ ਤੇ ਸੱਭਿਅਤਾ ਨੂੰ ਭੰਗ ਕਰਕੇ ਦੇਸ਼ ਦੇ ਵਿੱਚ ਅਰਾਜਕਤਾ ਵਾਲਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਭੜਕਾਉਣ ਵਾਲਾ ਇਕੱਠ ਕਰਕੇ ਉਸ ਵੀਡੀਓ ਕਲਿੱਪ ਦੇ ਵਿੱਚ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਗੱਲ ਬੋਲੀ ਹੈ ਕਿ ਜਿਹੜੇ 4-4 ਫੁੱਟੀਆਂ, 3-3 ਅਤੇ 2-2 ਫੁੱਟੀਆਂ ਤਲਵਾਰਾਂ ਲਈ ਫਿਰਦੇ ਨੇ ਅਤੇ ਨਿਹੰਗੀ ਬਾਣੇ ਨੂੰ ਵੀ ਬਦਨਾਮ ਕਰ ਰਹੇ ਨੇ ਤੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਹਨਾਂ ਤੇ ਪਾਬੰਦੀ ਨਹੀਂ ਲਾਉਂਦੀ ਤਾਂ ਅਸੀਂ ਵੀ ਵੰਗਾ ਪਾ ਕੇ ਨਹੀਂ ਬੈਠੇ, ਅਸੀਂ ਵੀ ਸ਼ਸਤਰ ਧਾਰਨ ਕਰਾਂਗੇ ਤੇ ਇਸ ਦਾ ਜਵਾਬ, ਇੱਟ ਦਾ ਜਵਾਬ ਜਿਹੜਾ ਉਹ ਪੱਥਰ ਦੇ ਨਾਲ ਦੇਵਾਂਗੇ। ਸੋ ਦਲਜੀਤ ਸਿੰਘ ਨਾਮਕ ਸ਼ਿਕਾਇਤਕਰਤਾ ਨੇ ਇਹ ਸ਼ਿਕਾਇਤ ਜਿਹੜੀ ਦਰਜ ਕੀਤੀ ਸੀ, ਜਿਸ ਦੇ ਚੱਲਦਿਆਂ ਹੁਣ ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਸਮੇਤ 36 ਲੋਕਾਂ ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ। ਮੋਹਾਲੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰਕੂ ਭਾਵਨਾਵਾਂ ਦੇ ਦੋਸ਼ ਇਹਨਾਂ ਦੇ ਉੱਤੇ ਲਗਾਏ ਗਏ ਨੇ। ਫਿਰਕੂ ਦੰਗਿਆਂ ਨੂੰ ਸ਼ਹਿ ਦੇਣ ਦੀ ਨੀਅਤ ਦੇ ਨਾਲ ਅਰਾਜਕਤਾ ਵਾਲਾ ਮਾਹੌਲ ਬਣਾਉਣ ਦੀ ਇਹਨਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਬੋਲਦੇ ਨਜ਼ਰ ਆਏ ਸਨ, ਜਿਸ ਦੇ ਚੱਲਦਿਆਂ ਹੁਣ ਮੋਹਾਲੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੋ ਅਜਿਹੀਆਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਲਿਬਰਲ ਟੀਵੀ ਪੰਜਾਬੀ ਦੇ ਨਾਲ, ਲੋਕਾਂ ਦੀ ਆਵਾਜ਼ ਲੋਕਾਂ ਲਈ। ਲਿਬਰਲ ਟੀਵੀ ਪੰਜਾਬੀ।